ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦਮਨਪ੍ਰੀਤ ਕੌਰ ਹੈ ਅਤੇ ਮੈਂ ਖਾਲਸਾ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਸ਼ਬਦ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਵ ਪਰਿਆ ਦੀ ਵਿਆਖਿਆ ਕਰਨ ਜਾ ਰਹੀ ਹਾਂ। ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 10ਵੇਂ ਅੰਗ 'ਤੇ ਸੁਸ਼ੋਭਿਤ ਹੈ। ਰਾਗ ਗੁਜਰੀ ਮਹੱਲਾ 5ਵਾਂ। ਇਹ ਸ਼ਬਦ ਰਾਗ ਗੁਜਰੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਗਿਆ ਸ਼ਬਦ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਵ ਭਰਿਆ ਸੈਲ ਪੱਥਰ ਮੈਂ ਜੰਤੇ ਪਾਈ ਤਾਂਕਾ ਰਿਸ਼ਕ ਆਗਿਆ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮੈਂ ਲੈ ਸੋ ਧਰਿਆ ਗੁਰਪ੍ਰ ਸਾਧ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤ ਬਨਤਾ ਕੋਈ ਨਾ ਕਿਸਕੀ ਧਰਿਆ ਸਿਰਸੇ ਰਜਕ ਸੰਭਾਹੇ ਠਾਕਰ ਕਾਹੇ ਮਨ ਪਾਉ ਕਰਿਆ ਉਡੇ ਉਡ ਆਵੇ ਸੇ ਕੋਸਾ ਤਿਸ ਪਾਸ਼ਾ ਬੱਚੇ ਦੇ ਸ਼ਰਿਆ ਤਿੰਨ ਕਵਣ ਖਿਲਾਵੈ ਕਵਣ ਜੁਗਾਵੈ ਮਨਵੈ ਸਿਮਰਨ ਕਰਿਆ ਸਭ ਨੇ ਦਾਨ ਦਸ ਅਸ ਸਿਧਾਨ ਠਾਕਰ ਕਰ ਤਲ ਧਰਿਆ ਜਾਂ ਨਾਨਕ ਬਾਬਾ ਸਤਵਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਕਾਹੇ ਰੇ ਮਨ ਜਿਤਵੈ ਉਦਮ ਜਾਂ ਆਹਰ ਹਰ ਜੀਵ ਭਰਿਆ ਜਿਸ ਆਹਰ ਵਿੱਚ ਪਰਮਾਤਮਾ ਆਪ ਲੱਗਾ ਹੋਇਆ ਹੈ ਉਸ ਵਾਸਤੇ ਅਸੀਂ ਕਿਉਂ ਫਿਕਰ ਕਰਦੇ ਹਾਂ ਸੈਲ ਪੱਥਰ ਮੈਂ ਜੰਤੇ ਪਾਏ ਤਾਂ ਘਰ ਵਿੱਚ ਆਗਿਆ ਕਰ ਧਰਿਆ ਜਿਹੜੇ ਜੀਵ ਪ੍ਰਭੂ ਨੇ ਚਟਾਨਾਂ ਅਤੇ ਪੱਥਰਾਂ ਉੱਤੇ ਪੈਦਾ ਕੀਤੇ ਹਨ ਉਹਨਾਂ ਦਾ ਵੀ ਰਜਕ ਉਸਨੇ ਪਹਿਲਾਂ ਹੀ ਬਣਾ ਰੱਖਿਆ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲਾ ਸੋ ਧਰਿਆ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲ ਬੈਠਦੇ ਹਨ ਉਹ ਤਰ ਜਾਂਦੇ ਹਨ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਗੁਰੂ ਦੀ ਕਿਰਪਾ ਨਾਲ ਜਿਹੜੇ ਮਨੁੱਖ ਨੂੰ ਇਹ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਉਹ ਸੁਕਾ ਕਾਟ ਹਰਾ ਹੋ ਜਾਂਦਾ ਹੈ ਜਨਨ ਪਿਤਾ ਲੋਕ ਸਤ ਬਨਤਾ ਕੋਈ ਨਾ ਕਿਸਕੀ ਧਰਿਆ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਮਾਂ ਪਿਓ ਪਤਰ ਅਤੇ ਲੋਕ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ ਸਹਿਸੇ ਰਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਤੂੰ ਕਿਉਂ ਡਰਦਾ ਹੈ ਪਾਲਣਹਾਰ ਪ੍ਰਭੂ ਹਰ ਇੱਕ ਜੀਵ ਨੂੰ ਆਪ ਅਪਣਾਉਂਦਾ ਹੈ ਉਡੇ ਉਡ ਆਵੇ ਸੇ ਕੋਸਾ ਤਿਸ ਪਾਸ਼ਾ ਬਚਰੇ ਸ਼ਰਿਆ ਉੱਡ ਉੱਡ ਕੇ ਸਾਂਕੜੇ ਕੋਹਾਂ 'ਤੇ ਪਹੁੰਚ ਜਾਂਦੀ ਹੈ ਪਿੱਛੇ ਉਸ ਦੇ ਬੱਚੇ ਛੱਡੇ ਹੋਏ ਹੁੰਦੇ ਹਨ ਉਹਨਾਂ ਨੂੰ ਕੋਈ ਕੁਛ ਖੋਲਣ ਵਾਲਣ ਨਹੀਂ ਉਹਨਾਂ ਨੂੰ ਕੋਈ ਚੋਗਾ ਨਹੀਂ ਚੁਕਾਉਂਦਾ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਉਹ ਆਪਣੇ ਉਹ ਸਿਮਰਨ ਕਰਦੀ ਹੈ ਅਤੇ ਉਸ ਦੇ ਬੱਚਿਆਂ ਨੂੰ ਉਸ ਦਾ ਫਲ ਮਿਲਦਾ ਹੈ ਸਭ ਨੇ ਦਾਨ ਦਾਸ ਅਸ ਸਿਧਾਨ ਠਾਕਰ ਕਰ ਤਲ ਧਰਿਆ ਜੱਗ ਦੇ ਸਾਰੇ ਖਜ਼ਾਨੇ ਅਤੇ 18 ਸਦੀਆਂ ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ ਜਾਂ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਐਸੇ ਪ੍ਰਭੂ ਤੋਂ ਸਦਕੇ ਹੋ ਸਦਾ ਕੁਰਬਾਨ ਹੋ ਤੇਰੀ ਬਜ਼ੁਰਗੀ ਅਤੇ ਉਰਲੇ ਪਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ਹੇ ਵਾਹਿਗੁਰੂ ਜੀ ਮੈਨੂੰ ਸਾਧ ਸੰਗਤ ਵਿੱਚ ਸਾਧ ਸੰਗਤ ਬਖਸ਼ੋ ਅਤੇ ਨਾਮ ਸਿਮਰਨ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ